ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਜਾਬ ਵੈਦਰ TV ਵਿੱਚ ਤੇ ਲੈ ਕੇ ਹਾਜ਼ਰਾਂ ਜੀ ਇਸ ਵੇਲੇ ਦੇ ਸਭ ਤੋਂ ਵੱਡੀ ਖਬਰ ਆਖਰ ਬੂਰ ਬੈਲ ਵਿੱਚ ਡਿੱਗੇ 5 ਸਾਲਾਂ ਦੇ ਬੱਚੇ ਬਾਰੇ ਆਈ ਇਹ ਵੱਡੀ ਖਬਰ ਤਾਂ ਦੋਸਤੋ ਵੀਡੀਓ ਨੂੰ ਅੰਤ ਤੱਕ ਦੇਖਿਓ ਤਾਂ ਜੋ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਤੇ ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਕਿਉਂਕਿ ਤੁਹਾਡਾ ਇੱਕ ਇੱਕ ਲਾਈਕ ਤੇ ਸ਼ੇਅਰ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਤਾਂ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਆਂ ਇਸ ਵੱਡੀ ਖਬਰ ਨੂੰ ਦੇਸ਼ ਵਿੱਚ ਆਏ ਦਿਨ ਨਿਤ ਨਵੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਤੇ ਜਿਸ ਕਾਰਨ ਸਮਾਜ ਦਾ ਮਾਹੌਲ ਤਣਾਅਪੂਰਨ ਰਹਿੰਦਾ ਹੈ ਤੇ ਹਾਲਾਤ ਉਸ ਵੇਲੇ ਹੋਰ ਨਾਜ਼ੁਕ ਹੋ ਜਾਂਦੇ ਹਨ ਜਦੋਂ ਇਨ੍ਹਾਂ ਘਟਨਾਵਾਂ ਵਿੱਚ ਬੱਚਿਆਂ ਦਾ ਜ਼ਿਕਰ ਹੁੰਦਾ ਤੇ ਪਿਛਲੇ ਕਾਫੀ ਸਮੇਂ ਤੋਂ ਬੱਚਿਆਂ ਨਾਲ ਵਾਪਰ ਰਹੀਆਂ ਦਰਦਨਾਕ ਘਟਨਾਵਾਂ ਵਿੱਚ ਕਾਫੀ ਵਾਧਾ ਹੋਇਆ ਤੇ ਇਨ੍ਹਾਂ ਹਰਸਾਂ ਦੇ ਵਿੱਚ ਕੁਝ ਬੱਚੇ ਤਾਂ ਬਾਜ਼ ਜਾਂਦੇ ਹਨ ਤੇ ਕੁਝ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਤੇ ਜਿਸ ਨਾਲ ਮਾਪੇ ਝੰਜੋੜੇ ਜਾਂਦੇ ਹਨ ਪਿਛਲੇ ਸਾਲ 2019 ਵਿੱਚ ਪੰਜਾਬ ਦੇ ਸੰਗਰੂਰ ਵਿੱਚ ਭਵਾਨਪੁਰਾ ਵਿੱਚ 2 ਸਾਲਾ ਦਾ ਮਾਸੂਮ ਫਤੇਬੀਰ ਕਰੀਬ 141 ਫੁੱਟ ਡੂੰਘੇ ਬੋਰਵਲ ਵਿੱਚ ਡਿੱਗਿਆ ਸੀ ਤੇ 5-6 ਦਿਨ ਤੱਕ ਉਹ ਬੱਚੇ ਨੂੰ ਕੋਸ਼ਿਸ਼ਾਂ ਬਚਾਉਂਦੀਆਂ ਚੱਲ ਰਹੀਆਂ ਸਨ ਪਰ ਸਾਰੀਆਂ ਕੋਸ਼ਿਸ਼ਾਂ ਤਮਾਮ ਬੇਅਰਥ ਗੀਆਂ ਤੇ ਉਸ ਬੱਚੇ ਦੀ ਮੌਤ ਹੋ ਗਈ ਤੇ ਕੁਝ ਦਿਨ ਪਹਿਲਾਂ ਹੁਣ ਮੱਧ ਪ੍ਰਦੇਸ਼ ਦੇ ਵਿੱਚ 5 ਸਾਲਾ ਦੇ ਬੱਚੇ ਦੀ ਬੋਰਵਲ ਵਿੱਚ ਡਿੱਗਣ ਦੀ ਖਬਰ ਆਈ ਸੀ ਤੇ ਆਖਰ ਬੋਰਵਲ ਵਿੱਚ ਡਿੱਗੇ 5 ਸਾਲਾ ਦੇ ਬੱਚੇ ਦੀ ਬਾਰੇ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜੇ ਇੱਕ ਵਾਰ ਫਿਰ ਤੋਂ ਇੱਕ ਹੋਰ ਫਤਿਹਵੀਰ ਜ਼ਿੰਦਗੀ ਦੀ ਜੰਗ ਹਾਰ ਚੁੱਕਾ ਹੈ ਤੇ ਮਧਪਰਦੇਵ ਚ ਤਵਾੜੀ ਦੇ ਸਹਿਤਪੁਰਾ ਪਿੰਡ ਵਿੱਚ ਆਪਣੇ ਖੇਤ ਵਿੱਚ ਬੀਤੇ ਦਿਨੀ ਬੂਰਬਲ ਵਿੱਚ ਡਿੱਗੇ 5 ਸਾਲਾ ਪਹਿਰਾਦ ਨੂੰ ਆਖਰ ਬਾਾਰ ਕੱਢ ਲਿਆ ਗਿਆ ਪਰ ਇਹ ਬੱਚਾ ਆਪਣੀ ਜ਼ਿੰਦਗੀ ਦੀ ਜੰਗ ਹਾਰ ਚੁੱਕਾ ਹੈ